ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਰੰਗਰੇਜ਼ ਟੀਵੀ ਤੇ ਮੈਂ ਹਾਂ ਦਸਰਤ ਤੁਸੀਂ ਬਣੇ ਹੋਇਆ ਹੋ ਰੰਗਰੇਜ਼ ਟੀਵੀ ਦੇ ਨਾਲ ਅਸੀਂ ਤੁਹਾਨੂੰ ਦੱਸ ਦਈਏ ਹੁਣ ਦੀ ਬ੍ਰੇਕਿੰਗ ਨਿਊਜ਼ ਜਿਹੜੀ ਆ ਰਹੀ ਹੈ ਕਿ ਅੰਮ੍ਰਿਤਸਰ ਦੇ ਨਾਲ ਕਿਸਾਨਾਂ ਜਥੇਬੰਦੀਆਂ ਦੀ ਜਿਹੜੀ ਮੀਟਿੰਗ ਚੱਲ ਰਹੀ ਹੈ ਦਿੱਲੀ ਦੇ ਵਿੱਚ ਉਹਦਾ ਹਜੇ ਤੱਕ ਕੋਈ ਸਿੱਟਾ ਨਹੀਂ ਨਿਕਲਿਆ ਕਿਹਾ ਜਾ ਰਿਹਾ ਸੀ ਕਿ ਕਿਸਾਨਾਂ ਨੂੰ ਕਨਫਿਊਜ਼ ਕੀਤਾ ਜਾ ਰਿਹਾ ਹੈ ਕਦੇ ਇਸ ਰਸਤੇ ਕਦੇ ਉਸ ਰਸਤੇ ਬਲਾਕ ਕੇ ਉਹਨਾਂ ਨੂੰ ਕਨਫਿਊਜ਼ ਕੀਤਾ ਜਾ ਰਿਹਾ ਸੀ ਪਰ ਹੁਣ ਤੱਕ ਦਾ ਜਿਹੜੇ ਲਾਈਵ ਡਾਟਾ ਆਪਾਂ ਤੁਹਾਨੂੰ ਦੇਖ ਰਹੇ ਹਾਂ ਜਾਂ ਦੱਸ ਰਹੇ ਹਾਂ ਕਿ ਹਜੇ ਤੱਕ ਉਹਨਾਂ ਦਾ ਕੋਈ ਸਿੱਟਾ ਨਹੀਂ ਨਿਕਲਿਆ ਪਰ ਕ ਨੇ ਤੇ ਕੇਂਦਰ ਸਰਕਾਰ ਉਹ ਕਿਸਾਨਾਂ ਦੇ ਬਿੱਲਾਂ ਦੇ ਵਿੱਚ ਇੱਕ ਬਿੱਲ ਨੂੰ ਰੱਦ ਕਰਨ ਦੀ ਜਿਹੜੀ ਗੁੰਜਾਇਸ਼ ਹੈਗੀ ਆ ਪਰ ਕਿਸਾਨਾਂ ਦੇ ਜਿਹੜੇ ਤਿੰਨ ਬਿੱਲ ਨੇ ਕਾਨੂੰਨ ਨੇ ਜਿਹਨੂੰ ਕਾਲੇ ਕਾਨੂੰਨ ਦਾ ਨਾਮ ਦਿੱਤਾ ਜਾ ਰਿਹਾ ਪਰ ਉਹ ਕਹਿ ਰਹੇ ਨੇ ਕਿ ਹਜੇ ਤੱਕ ਤਿੰਨ ਕਾਨੂੰਨ ਜਿਹੜੇ ਰੱਦ ਨਹੀਂ ਕੀਤੇ ਜਾਣਗੇ ਵਿੱਚ ਉਹਨਾਂ ਦੇ ਕੁਝ ਸੰਸ਼ੋਧਨ ਕੀ ਦੀ ਗੁੰਜਾਇਸ਼ ਹੈਗੀ ਆ ਪਰ ਜਿੱਥੇ ਤੱਕ ਹੁਣ ਤੱਕ ਦੀ ਗੱਲਬਾਤ ਚੱਲੀ ਆ ਕਿ ਹੁਣ ਤੱਕ ਤਾਂ ਕੋਈ ਨਤੀਜਾ ਨਹੀਂ ਆ ਰਿਹਾ ਪਰ ਕਿਸਾਨਾਂ ਦਾ ਜਥੇਬੰਦੀਆਂ ਦਾ ਕਹਿਣਾ ਸੀ ਕਿ ਜਦ ਤੱਕ ਆਪਾਂ ਆ ਤਿੰਨੇ ਕਾਲੇ ਕਾਨੂੰਨوں ਰੱਦ ਨਹੀਂ ਕਰਾਉਣ ਦੇ ਤਦ ਤੱਕ ਅਸੀਂ ਵੀ ਆਵਾਂਗੇ ਨਹੀਂ ਜਿਹੜੇ ਕਿਸਾਨ ਆਗੂ ਨੇ ਉਹਨਾਂ ਦਾ ਕਹਿਣਾ ਸੀ ਕਿ ਅਸੀਂ ਜਦੋਂ ਤੱਕ ਆਪਣੇ ਤਿੰਨੇ ਬਿੱਲਾਂ ਨੂੰ ਨਹੀਂ ਰੱਦ ਕਰਾ ਲੈਂਦੇ ਤਦ ਤੱਕ ਅਸੀਂ ਪੰਜਾਬ ਵਾਪਸ ਨਹੀਂ ਪਰਤਾਂਗੇ ਇਹ ਤਰਨਾ ਇਦਾਂ ਹੀ 6 ਮਹੀਨੇ ਸਾਲ ਜਿੱਦਾਂ ਜਿੰਨੇ ਦਿਨ ਚੱਲਣੇ ਆ ਉਹਨੇ ਦਿਨ ਚੱਲਣਗੇ ਪਰ ਜਦੋਂ ਤੱਕ ਅਸੀਂ ਇਹ ਕਾਲੇ ਬਿੱਲ ਰੱਦ ਨਹੀਂ ਕਰਾ ਲੈਂਦੇ ਤਦ ਤੱਕ ਅਸੀਂ ਵਾਪਸ ਨਹੀਂ ਆਵਾਂਗੇ ਤੁਸੀਂ ਇਦਾਂ ਦੀ ਖਬਰਾਂ ਦੇ ਲਈ ਸਾਡੇ ਨਾਲ ਜੁੜੇ ਰਹੋ ਤੇ ਦੇਖਦੇ ਰਹੋ ਰੰਗਰੇਸ਼ ਟੀਵੀ ਸੱਚੀ ਗੱਲ